ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਰਾਉਂਡੀ ਨਹੀਂ ਜਸਟ ਪਲੇਜ਼ ਦੋਸਤੋ। ਸਾਡੀ ਦੇਸੀ ਖੇਡਾਂ ਦੇ ਖਜ਼ਾਨੇ 'ਚ ਇੱਕ ਬੜੀ ਮਾਸੂਮ ਜੀ ਖੇਡ ਹੈ ਜਿਹਨੂੰ ਕਹਿੰਦੇ ਨੇ ਖਰਬਾਨੇ ਦੇਣਾ। ਬਈ ਜਿਹਨੇ ਵੀ ਆਪਣੇ ਬਚਪਨ 'ਚ ਦੇਸੀ ਖੇਡਾਂ ਖੇਡੀਆਂ ਨੇ ਉਹਨੂੰ ਜ਼ਰੂਰ ਪਤਾ ਹੋਊਗਾ। ਕਈ ਜਗ੍ਹਾ ਇਸ ਨੂੰ ਅੰਨਾ ਝੋਟਾ ਵੀ ਕਿਹਾ ਜਾਂਦਾ। ਆਪਾਂ ਕਹਿ ਸਕਦੇ ਹਾਂ ਕਿ ਜਦੋਂ ਵੀ ਫਨ ਕਰਨ ਨੂੰ ਕਰੇ ਮਨ, ਉੱਠ ਕੇ ਖੇਡੋ ਖਰਬਾਨੇ ਬਨ। ਅਤੇ ਆਪਾਂ ਐਂ ਕਰਦੇ ਹਾਂ ਕਿ ਉਹ ਕੁੜੀਆਂ ਖੜੀਆਂ ਨੇ, ਉਹਨਾਂ ਨੂੰ ਚੱਲ ਕੇ ਪੁੱਛੀਏ ਜ਼ਰਾ ਵੀ ਉਹਨਾਂ ਨੂੰ ਇਸ ਖੇਡ ਬਾਰੇ ਪਤਾ ਵੀ ਹੈ ਜਾਂ ਨਹੀਂ। ਆਓ ਫਿਰ ਚੱਲੀ। ਇੱਕ ਸਲਾਈ, ਦੋ ਸਲਾਈ, ਤੀਜਾ ਬੋਲੇ ਲੱਭ ਸਲਾਈ। ਇੱਕ ਸਲਾਈ, ਦੋ ਸਲਾਈ, ਤੀਜਾ ਬੋਲੇ ਲੱਭ ਸਲਾਈ। ਇੱਕ ਸਲਾਈ, ਦੋ ਸਲਾਈ, ਤੀਜਾ ਬੋਲੇ ਲੱਭ ਸਲਾਈ। ਗੱਲ ਸੁਣੋ ਵੀ ਕੁੜੀ, ਇੱਕ ਮਿੰਟ, ਕੀ ਨਾਂ ਤੁਹਾਡਾ ਜੀ? ਰਵਿੰਦਰ ਕੌਰ ਸੰਧੂ। ਰਵਿੰਦਰ, ਤੇ ਕੀ ਖੇਡਣ ਲੱਗੇ ਹੋ? ਖਰਬਾਨੇ ਬੰਨਣਾ। ਖਰਬਾਨੇ ਬੰਨਣਾ, ਤੇ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਤੇਜਿੰਦਰ ਕੌਰ ਸੰਧੂ। ਤੇਜਿੰਦਰ ਕੌਰ ਸੰਧੂ, ਅੱਛਾ। ਤੇ ਕਿਹੜੀ ਕਲਾਸ ਆ ਤੁਹਾਡੀ? ਮੈਂ ਪਲੱਸ 1 ਆਰਟਸ। ਪਲੱਸ 1 ਆਰਟਸ, ਤੇ ਜਿਹੜੀ ਖਰਬਾਨੇ ਬੰਨਣਾ ਇਹ ਕੁੜੀ ਨੇ ਦੱਸਿਆ ਕਿ ਖੇਡਣ ਲੱਗੇ ਹੋ ਤੁਸੀਂ, ਕਿਵੇਂ ਖੇਡੀ ਦੀ ਆ ਖੇਡ ਇਹ? ਇਹ ਪਹਿਲਾਂ ਜਿਹੜਾ ਸਾਰੇ ਬੱਚੇ ਪਗਾਈਦੇ ਆ, ਜਿਹੜਾ ਐਂਡ 'ਤੇ ਰਹਿ ਜੇ ਉਹਦੇ ਅੱਖਾਂ 'ਤੇ ਪੱਟੀ ਬੰਨ ਦੀਦੀ ਆ, ਅਤੇ ਪੱਟੀ ਬੰਨ ਕੇ ਜਦੋਂ ਉਸ ਉਹਨੂੰ ਕਹੀਦਾ ਕਿ ਸਾਰਿਆਂ ਛੂ, ਜਦੋਂ ਸਾਰਿਆਂ ਛੂੰਦੀ ਹੈ ਅਤੇ ਜਿਹੜਾ ਐਂਡਲਾ ਬੱਚਾ ਫੜਿਆ ਜਾਂਦਾ ਅਤੇ ਇਸ ਤਰ੍ਹਾਂ ਖੇਡ ਜਾਰੀ ਰਹਿੰਦੀ ਹੈ। ਸਾਰਿਆਂ ਨੂੰ ਛੂੰਦੀ ਹੈ? ਹਾਂਜੀ, ਨਹੀਂ ਮਿਸ ਕਿ ਜੇ ਸਰਵਾਰੀ ਹੁੰਦੀ ਹੈ, ਜਿਹਦੇ ਸਰਵਾਰੀ ਹੁੰਦੀ ਆ ਉਹ ਛੂੰਦਾ ਅਤੇ ਜਿਹੜਾ ਛੂਇਆ ਗਿਆ ਉਹਦੇ ਸਰਵਾਰੀ ਆ ਜਾਂਦੀ ਹੈ। ਹਾਂਜੀ, ਅਤੇ ਜਿਹੜੀ ਤੁਸੀਂ ਕਿਹਾ ਅੱਖਾਂ 'ਤੇ ਪੱਟੀ ਬੰਨਦੇ ਹੋ, ਪੱਟੀ ਕਿੱਥੇ ਆ? ਉਹ ਪੱਟੀ ਆਵੇ ਲਓ ਫਿਰ ਬੰਨ ਕੇ ਦਿਖਾਓ ਨਾ, ਇੱਦਾਂ ਥੋੜ੍ਹਾ ਗੱਲ ਬਣਦੀ ਹੈ। ਜੇ ਇਹਨੂੰ ਇਹਦੇ ਵਿੱਚੋਂ ਵਿਖ ਗਿਆ ਫਿਰ? ਨਹੀਂ, ਇਹਨੂੰ ਚੈੱਕ ਕਰਾਂਗੇ ਨਾ ਪਹਿਲਾਂ ਹੀ। ਅੱਛਾ, ਦਿਖਦਾ ਹੈ ਤੇ ਨਹੀਂ? ਚੈੱਕ ਕਰਨਗੇ ਪਹਿਲਾਂ। ਆ ਕਿੰਨੀ ਉਂਗਲਾਂ? ਚਾਰ। ਨਹੀਂ ਜੀ, ਆ ਕਿੰਨੀ ਉਂਗਲਾਂ? ਤਿੰਨ। ਤੂੰ ਗਲਤ ਬੋਲਦੀ ਆ, ਆ ਕਿੰਨੀ ਉਂਗਲਾਂ? ਇਹ ਦੋ। ਨਹੀਂ ਨਹੀਂ ਨਹੀਂ, ਤੁਸੀਂ ਰੌਂਡੀ ਪਿੱਟ ਸਾਥ ਦਿਓ ਮੇਰੇ ਨਾਲ, ਮੈਂ ਆਪ ਪੁੱਛੂਗਾ। ਅੱਛਾ, ਆ ਕਿੰਨੀ ਉਂਗਲਾਂ? ਇੱਕ। ਇੱਕ, ਤੇ ਆ ਕਿੰਨੀਆਂ ਨੇ? ਪੰਜ। ਪੰਜ, ਬਾਈ ਜੀ ਨੂੰ ਸੱਚੀ ਹੋਣੀ ਦੇਖਦਾ। ਤੇ ਚਲੋ ਕੋਈ ਖੇਡੀ ਆ ਜਾਓ। ਲਓ ਜੀ, ਕੁੜੀ ਫੜੀ ਗਈ, ਫੜੀ ਗਈ। ਤੇ ਹੁਣ ਤੁਹਾਡੇ ਸਰਵਾਰੀ ਆ ਗਈ। ਹਾਂਜੀ, ਲਓ ਜੀ ਨਾ ਸਰਵਾਰੀ ਆ ਗਈ, ਹੁਣ ਪੱਟੀ ਤੁਹਾਡੇ ਬਣੀ ਜਾਊਗੀ। ਹਾਂਜੀ, ਤੇ ਲਓ ਪੱਟੀ ਖੋਲੋ ਫਿਰ ਕਿੱਥੇ ਆ? ਹਾਂ, ਲਓ ਮੈਂ ਬੰਨਾ ਪੱਟੀ। ਦੇਣੀ ਹੈਗੀ ਓਨਲੀ ਜਸਟ ਪਲੇ। ਇੱਕ ਮਿੰਟ, ਇੱਕ ਮਿੰਟ, ਆ ਕਿੰਨੀ ਆ? ਇੱਕ। ਇੱਕ, ਤੇ ਆ ਕਿੰਨੇ ਆ? ਚਾਰ। ਚਾਰ ਚਾਰ, ਏ ਚਲੋ।
ਖੜਬਾਨੇ ਦੇਣਾ ਬਹੁਤ ਹੀ ਸਾਦੀ ਦੇਸੀ ਖੇਡ ਹੈ ਜਿਸ ਨੂੰ ਖੇਡਣ ਲਈ ਥੋੜ੍ਹੀ ਜਿਹੀ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ। ਇਹ ਖੇਡ ਮੁੰਡੇ ਅਤੇ ਕੁੜੀਆਂ ਦੋਵੇਂ ਧਿਰਾਂ ਖੇਡ ਸਕਦੀਆਂ ਹਨ। ਇਸ ਖੇਡ ਨੂੰ ਖੇਡਣ ਲਈ 4-5 ਤੋਂ ਲੈ ਕੇ 8-10 ਬੱਚੇ ਹੋ ਸਕਦੇ ਹਨ। ਇਕੱਠੇ ਹੋਏ ਬੱਚੇ ਸਭ ਤੋਂ ਪਹਿਲਾਂ ਪੁੱਗਦੇ ਹਨ। ਜੋ ਅਖੀਰ ਵਿੱਚ ਬਿਨਾਂ ਪੁੱਗੇ ਤੋਂ ਰਹਿ ਜਾਵੇ ਉਸ ਦੇ ਸਿਰ ਵਾਰੀ ਆ ਜਾਂਦੀ ਹੈ। ਉਸ ਵਾਰੀ ਵਾਲੇ ਬੱਚੇ ਦੀਆਂ ਅੱਖਾਂ ਉੱਤੇ ਕੱਪੜਾ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਧੱਕਾ ਦੇ ਕੇ ਖੇਡ ਸ਼ੁਰੂ ਹੁੰਦੀ ਹੈ। ਅੱਖਾਂ 'ਤੇ ਖੜਬਾਨੇ ਬੰਨ੍ਹੀ ਉਹ ਬੱਚਾ ਬਾਕੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਨੂੰ ਉਹ ਛੂਹ ਲੈਂਦਾ ਹੈ ਫਿਰ ਉਸ ਬੱਚੇ ਦੇ ਸਿਰ ਵਾਰੀ ਆ ਜਾਂਦੀ ਹੈ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚੱਲਦੀ ਰਹਿੰਦੀ ਹੈ। ਦੋਸਤੋ, ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਦੇਸੀ ਖੇਡਾਂ ਜੋ ਸਾਨੂੰ ਵਿਰਾਸਤ 'ਚ ਮਿਲੀਆਂ ਨੇ ਉਹ ਪੀੜ੍ਹੀ ਦਰ ਪੀੜ੍ਹੀ ਵਿਕਾਸ ਕਰਨ ਅਤੇ ਜਿਨ੍ਹਾਂ ਨੂੰ ਇਹਨਾਂ ਖੇਡਾਂ ਬਾਰੇ ਨਹੀਂ ਗਿਆਨ ਉਹਨਾਂ ਨੂੰ ਵੀ ਪਤਾ ਲੱਗੇ। ਸਾਡੀ ਇਹ ਕੋਸ਼ਿਸ਼ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਇੰਤਜ਼ਾਰ ਕਰਨਾ ਪਏਗਾ ਤੁਹਾਨੂੰ ਹੁਣ ਸਿਰਫ ਇੱਕ ਹਫ਼ਤੇ ਦਾ। ਅਗਲੇ ਹਫ਼ਤੇ ਨਵੀਆਂ ਹੋਰ ਦੇਸੀ ਖੇਡਾਂ ਲੈ ਕੇ ਮਿਲਾਂਗੇ। ਪਰੰਤੂ ਜਾਣ ਤੋਂ ਪਹਿਲਾਂ ਮੈਂ ਗੱਲ ਚੇਤੇ ਕਰਾ ਦਿਆਂ ਕਿ ਸਾਡੀ ਤਲਾਸ਼ ਹਾਲੇ ਖਤਮ ਨਹੀਂ ਹੋਈ। ਸਾਨੂੰ ਤਲਾਸ਼ ਹੈ ਸਭ ਤੋਂ ਤਕੜੇ ਪੰਜਾਬੀ ਦੀ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਡੌਲਿਆਂ 'ਚ ਇੰਨੀ ਜਾਨ ਹੈ ਜਾਂ ਤੁਹਾਨੂੰ ਕੋਈ ਅਜਿਹਾ ਬੰਦਾ ਜਾਣਦਾ ਜੋ ਇੰਨਾ ਤਾਕਤਵਰ ਹੋਵੇ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ। ਅਸੀਂ ਇਸ ਕੈਮਰੇ ਦੀ ਅੱਖ ਰਾਹੀਂ ਉਸ ਨੂੰ ਪੂਰੀ ਦੁਨੀਆ ਨਾਲ ਰੂਬਰੂ ਕਰਾਂਗੇ। ਚੈਨਲ ਪੰਜਾਬ, ਸ਼ਾਨ ਪੰਜਾਬ ਦੀ।